ਮੁੰਬਈ ਦੇ ਵਿੱਚ ਵਾਪਰੇ ਘਾਤਕ 26 11 ਦੇ ਹਮਲੇ ਨੂੰ ਅੱਜ 14 ਸਾਲ ਪੂਰੇ ਹੋ ਚੁੱਕੇ ਨੇ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਮੁੰਬਈ ਦੇ ਵਿੱਚ ਸਾਲ 2008 'ਚ ਹੋਏ ਅਤਵਾਦੀ ਹਮਲੇ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਪੂਰੇ 14 ਸਾਲ ਹੋ ਗਏ ਨੇ ਪਰ ਅੱਜ ਵੀ ਇਸ ਦੇ ਜ਼ਖਮ ਢੇਰ ਸੇ ਹਰ ਵਿਅਕਤੀ ਦੇ ਵਿੱਚ ਜ਼ਿੰਦਾ ਨੇ ਮੁੰਬਈ 'ਚ 2008 'ਚ ਹੋਏ ਅਤਵਾਦੀ ਹਮਲੇ ਨੇ ਹਰ ਕਿਸੇ ਨੂੰ ਹਲਾ ਕੇ ਰੱਖ ਦਿੱਤਾ ਸੀ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਦਿਨਾਂ ਦੇ ਵਿੱਚੋਂ ਇੱਕ ਦਿਨ ਇਹ ਵੀ ਆਉਂਦਾ ਹੈ। ਅਤਵਾਦੀਆਂ ਨੇ ਹੁਣ ਤੱਕ ਦਾ ਸਭ ਤੋਂ ਵੈਸ਼ੀਅਨ ਅਤਵਾਦੀ ਹਮਲਾ ਕੀਤਾ ਸੀ। ਇਸ ਹਮਲੇ 'ਚ ਲਸ਼ਕਰ-ਏ-ਤੌਇਬਾ ਦੇ 10 ਅਤਵਾਦੀ ਮੁੰਬਈ ਦੇ ਵਿੱਚ ਦਾਖਲ ਹੋਏ ਤੇ 4 ਦਿਨਾਂ ਦੇ ਵਿੱਚ ਲੜੀਵਾਰ ਗੋਲੀਬਾਰੀ ਤੇ ਬੰਬ ਧਮਾਕੇ ਕੀਤੇ। ਇਸ ਹਮਲੇ 'ਚ 164 ਲੋਕ ਮਾਰੇ ਗਏ ਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਇਸ ਸਾਹਮਣੇ ਪਿੱਛੇ ਅਤਵਾਦੀਆਂ ਦੇ ਕਈ ਇਰਾਦੇ ਲੁਕੇ ਹੋਏ ਸੀ ਜੋ ਸਮੇਂ-ਸਮੇਂ ਤੇ ਸਾਹਮਣੇ ਵੀ ਆਉਂਦੇ ਰਹੇ। ਇਹ ਉਹ ਦਿਨ ਸੀ ਜਦੋਂ ਪਾਕਿਸਤਾਨ ਦੇ 10 ਅਤਵਾਦੀਆਂ ਨੇ ਸੁਪਨਿਆਂ ਦੇ ਸ਼ਹਿਰ ਮੁੰਬਈ ਦੇ ਵਿੱਚ ਪੈਰ ਜਮਾਏ ਸੀ। ਉਹ ਸ਼ਾਮ ਰੋਜ਼ਵਾਂਗੀ ਸੀ। ਹਰ ਕੋਈ ਆਪਣੀ ਧੁੰਦ ਦੇ ਵਿੱਚ ਮਗਨ ਸੀ। ਬਾਜ਼ਾਰਾਂ ਦੇ ਵਿੱਚ ਸਰਗਰਮੀ ਸੀ। ਲੋਕ ਖਰੀਦਦਾਰੀ ਕਰ ਰਹੇ ਸੀ। ਮਰੀਨ ਡਰਾਈਵ ਤੇ ਲੋਕ ਸਮੁੰਦਰ ਤੋਂ ਆਉਂਦੀਆਂ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਸੀ। ਕਿਸੇ ਨੂੰ ਇਹ ਅੰਦਾਜ਼ਾ ਬਿਲਕੁਲ ਨਹੀਂ ਸੀ ਕਿ ਮੌਤ ਇਸ ਸਮੁੰਦਰ ਰਾਹੀਂ ਉਹਨਾਂ ਵੱਲ ਵੱਧਦੀ ਆ ਰਹੀ ਹੈ ਜਿਵੇਂ ਜਿਵੇਂ ਰਾਤ ਦੀ ਚਾਦਰ ਫੈਲਣ ਲੱਗੀ ਮੌਤ ਮੁੰਬਈ ਦੀਆਂ ਸੜਕਾਂ ਤੇ ਨੱਚਣ ਲੱਗੀ ਪਾਕਿਸਤਾਨ ਦੇ ਕਰਾਚੀ ਤੋਂ 10 ਅਤਵਾਦੀ ਸਮੁੰਦਰੀ ਰਸਤੇ ਕਿਸ਼ਤੀ ਰਾਹੀਂ ਮੁੰਬਈ ਦੇ ਵਿੱਚ ਦਾਖਲ ਹੋਏ ਸੀ ਭਾਰਤੀ ਜਲ ਸੈਨਾ ਨੂੰ ਚੱਕਮਾ ਦੇਣ ਲਈ ਰਸਤੇ ਵਿੱਚ ਉਹਨਾਂ ਨੇ ਇੱਕ ਭਾਰਤੀ ਕਿਸ਼ਤੀ ਨੂੰ ਹਾਈਜੈਕ ਕਰ ਲਿਆ ਤੇ ਕਿਸ਼ਤੀ ਵਿੱਚ ਸਵਾਰ ਸਾਰੇ ਲੋਕਾਂ ਨੂੰ ਮਾਰ ਦਿੱਤਾ। ਇਸ ਕਿਸ਼ਤੀ ਰਾਹੀਂ ਉਹ ਰਾਤ ਕਰੀਬ 8 ਵਜੇ ਕੁਲਾਬਾ ਨੇੜੇ ਮੱਛੀ ਮੰਡੀ ਵਿਖੇ ਉਤਰੇ। ਸਥਾਨਕ ਮਛੇਰਿਆਂ ਨੂੰ ਵੀ ਉਹਨਾਂ ਦੇ ਉੱਤੇ ਸ਼ੱਕ ਹੋਇਆ। ਉਹਨਾਂ ਨੇ ਸਬੰਧਤ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਵੀ ਦਰਜ ਕਰਵਾਈ। ਉਹਨਾਂ ਨੂੰ ਸੂਚਿਤ ਕੀਤਾ ਕਿ ਕੁਝ ਅਣਪਛਾਤੇ ਲੋਕ ਸਮੁੰਦਰ ਰਾਹੀਂ ਇੱਥੇ ਉਤਰੇ ਨੇ। ਪਰ ਪੁਲਿਸ ਨੇ ਉਹਨੂੰ ਹਲਕੇ ਦੇ ਵਿੱਚ ਲੈ ਲਿਆ। ਅਤਵਾਦੀਆਂ ਨੇ ਉਸ ਰਾਤ ਮੁੰਬਈ ਦੇ ਕਈ ਮਸ਼ਹੂਰ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਦਿੱਤਾ। ਮੁੰਬਈ ਦੇ ਵਿੱਚ ਸਥਿਤ ਵਿਸ਼ਵ ਪੱਧਰੀ ਹੋਟਲਾਂ ਵਿੱਚੋਂ ਇੱਕ ਤਾਜ ਹੋਟਲ, ਅਬਰਾਏ ਹੋਟਲ, ਨਰੀਮਨ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਇਆ। ਮੁੰਬਈ ਦੇ ਸ਼ਾਹ ਕਹਿ ਜਾਣ ਵਾਲੇ ਤਾਜ ਹੋਟਲ ਨੂੰ ਅਤਵਾਦੀਆਂ ਨੇ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਸੀ। ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ 3 ਦਿਨ ਤੱਕ ਮੁਕਾਬਲਾ ਜਾਰੀ ਰਿਹਾ। ਪੁਲਿਸ ਤੇ ਫੌਜ ਦੇ ਆਪਰੇਸ਼ਨ ਫੇਲ ਹੁੰਦੇ ਨਜ਼ਰ ਆ ਰਹੇ ਸੀ। ਫਿਰ एनएसजी कमांडो बुलाए गए एनएसजी कमांडो ने सारे आतंकवादीयों को मार ਦਿੱਤਾ ਤੇ ਉਸ ਦੀ ਬਹਾਦਰੀ ਸਦਕਾ ਭਾਰਤ ਤੇ ਆਇਆ ਇਹ ਸੰਕਟ ਟਲ ਸਕਿਆ ਉਹ ਸੰਕਟ ਤਾਂ ਟਲ ਗਿਆ ਉਹ ਜ਼ਖਮ ਹਾਲੇ ਵੀ ਹਰੇ ਨੇ ਜਦੋਂ ਵੀ ਉਹ ਦੌਰ ਦੀ ਯਾਦ ਆਉਂਦੀ ਹੈ ਤਾਂ ਜੀ ਝੰਜੋੜ ਕੇ ਰੱਖ ਦਿੰਦੀ ਹੈ ਉਸ ਘਟਨਾ ਦੇ ਵਿੱਚ ਕਈ ਲੋਕ ਜਿਹੜੇ ਸੀ ਆਪਣੇ ਆਪਣਿਆਂ ਨੂੰ ਛੱਡ ਕੇ ਇਸ ਜਹਾਨ ਤੋਂ ਚਲੇ ਗਏ ਅੱਜ 14 ਸਾਲ ਪੂਰੇ ਹੋ ਚੁੱਕੇ ਨੇ 26 11 ਦੇ ਉਸ ਘਾਤਕ ਹਮਲੇ ਨੂੰ ਘਾਤਕ ਅਤਵਾਦੀ ਹਮਲੇ ਨੂੰ